ਹੈਲੋ, ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਅਸੀਂ ਕੱਲ੍ਹ ਪਰਸੋਂ ਤੇ ਇੱਥੇ ਆਏ ਹਾਂ ਡਰੈਸਡਨ, ਅਤੇ ਇੱਥੇ ਸਾਡੇ ਭਾਪੇ ਹੋਰਾਂ ਦੇ ਭੂਆ ਦਾ ਮੁੰਡਾ ਹੈ, ਜਿਨ੍ਹਾਂ ਨੂੰ ਅਸੀਂ ਮੇਰੇ ਖਿਆਲ 'ਚ 25 ਸਾਲਾਂ ਬਾਅਦ ਮਿਲੇ ਹਾਂ, ਕਾਫੀ ਦੇਰ ਬਾਅਦ ਮਿਲੇ ਹਾਂ, ਅਤੇ ਅਸੀਂ ਕਾਫੀ ਇੰਜੋਏ ਕਰਦੇ ਪਏ ਹਾਂ। ਅਤੇ ਫਿਰ ਇਹਨਾਂ ਨੇ ਇੱਥੇ ਆ ਕੇ ਆਪਣੀਆਂ ਜਿਹੜੀਆਂ ਮੱਲਾਂ ਮਾਰੀਆਂ ਨੇ ਉਹਨਾਂ ਦੀ ਵੀ ਗੱਲ ਕਰਦੇ ਹਾਂ। ਅਤੇ ਉੱਪਰ ਇਹਦੇ ਘਰ ਹੈ, 3 ਮੰਜ਼ਲੀ ਘਰ ਹੈ ਜਿਹੜਾ ਇਹਨਾਂ ਨੇ ਖਰੀਦਿਆ ਆ ਆਪ, ਅਤੇ ਥੱਲੇ ਰੈਸਟੋਰੈਂਟ ਹੈ। ਅਤੇ ਸਭ ਤੋਂ ਵਧੀਆ ਗੱਲ ਹੈ ਵੀ ਜ਼ਿਆਦਾਤਰ ਤਾਂ ਇਹ ਹੁੰਦਾ ਵੀ ਸਾਨੂੰ ਬਾਹਰ ਭੱਜਣਾ ਪੈਂਦਾ ਗੱਡੀਆਂ, ਅਤੇ ਇੱਥੋਂ ਹੀ ਕੰਮ ਕਰਕੇ ਤਾਂ ਸਿੱਧਾ ਹੀ ਉੱਪਰ ਚੜ ਜਾਂਦੇ ਨੇ। ਅਤੇ ਮੈਨੂੰ ਤਾਂ ਮਤਲਬ ਸਿਲਸਿਲਾ ਬਹੁਤ ਸੋਹਣਾ ਲੱਗਾ, ਅਤੇ ਕਹਿੰਦੇ ਵੀ ਚਲੋ ਵੀ ਅਸੀਂ ਵੀਡੀਓ ਬਣਾਉਂਦੇ ਹਾਂ, ਅਤੇ ਨਾਲੇ ਤੁਹਾਨੂੰ ਦੱਸਣੇ ਹਾਂ, ਅਤੇ ਨਾਲ ਲਿਫਰੂੰਗ ਦਾ ਕੰਮ ਵੀ ਕਰਦੇ ਨੇ ਜਿਹੜੇ ਡਿਲੀਵਰੀ ਦਿੰਦੇ ਨੇ ਆਪਾਂ ਮਤਲਬ ਜੋ ਪੰਜਾਬੀ 'ਚ ਕਹਿ ਲਈਏ। ਅਤੇ ਆ ਜਾਓ, ਦੇਖਦੇ ਹਾਂ ਕੀ ਬਣਾਉਂਦੇ ਨੇ, ਕੀ ਕਰਦੇ ਨੇ, ਅਤੇ ਫਿਰ ਖਾਣਾ ਵੀ ਬਣਾਉਣਗੇ, ਅਤੇ ਫਿਰ ਖਾ ਕੇ ਤੁਹਾਨੂੰ ਸਵਾਦ ਵੀ ਦੱਸਾਂਗੇ। ਖਾਂਦਿਆਂ ਨੂੰ ਤਾਂ ਸਾਨੂੰ ਅੱਗੇ 2 ਦਿਨ ਹੋ ਚੱਲੇ ਨੇ, ਪਰ ਅੱਜ ਫਿਰ ਤੁਹਾਨੂੰ ਵੀ ਦੱਸਾਂਗੇ, ਵੀਡੀਓ ਦੇ ਵਿੱਚ ਦਿਖਾਵਾਂਗੇ। ਅਤੇ ਆ ਜਾਓ, ਦਿਖਾਉਂਦੇ ਹਾਂ ਤੁਹਾਨੂੰ ਸੋਸਾਂ ਵੀ ਕਿੱਦਾਂ ਬਣਾਉਂਦੇ ਨੇ, ਕੀ ਕਰਦੇ ਨੇ। ਆ ਜਾਓ, ਹੁਣ ਤੁਹਾਨੂੰ ਦਿਖਾਉਂਦੇ ਇਹਨਾਂ ਕੋਲ ਡੋਨਰ ਦਾ ਕੰਮ ਵੀ ਇਹਨਾਂ ਦਾ ਆਪਣਾ, ਅਤੇ ਇਹ ਇਹਨਾਂ ਦਾ ਮੀਟ ਹੈ ਵੀ ਜਿਹੜਾ ਇੱਦਾਂ ਚੱਲਦਾ ਰਹਿੰਦਾ, ਅਤੇ ਸਿਲਸਿਲ 'ਚ ਬਣਦਾ ਰਹਿੰਦਾ। ਅਤੇ ਇਹ ਇੱਥੇ ਬਹੁਤ ਜ਼ਿਆਦਾ ਵਧੀਆ ਗਿਣਿਆ ਗਿਆ ਵੀ ਜਿਹੜਾ ਤੇਲ ਇਹਦੀ ਸਾਰੀ ਫਿੱਟ ਉਹ ਥੱਲੇ ਨਿਕਲਦੀ ਡਿੱਗਦੀ ਹੈ, ਅਤੇ ਇਹ ਲੋਕ ਉਹਨੂੰ ਬਹੁਤ ਪਸੰਦ ਕਰਦੇ ਨੇ। ਅਤੇ ਇਹਨੂੰ ਮੀਟ ਨੂੰ ਮਸ਼ੀਨ ਰੱਖੀ ਉਹਦੇ ਨਾਲ ਵੱਢਦੇ ਨੇ ਪਤਲਾ ਪਤਲਾ, ਅਤੇ ਅੱਗੇ ਆਪਾਂ ਹੁਣ ਸੌਸ ਦਾ ਜਿਹੜਾ ਕੰਮ ਹੈ ਇਹ ਦੱਸਣਗੇ ਵੀ ਇਹ ਸੌਸਾਂ ਆਪ ਤਿਆਰ ਕਰਦੇ ਨੇ ਜਾਂ ਕਿੱਦਾਂ, ਕੀ ਹਿਸਾਬ ਕਿਤਾਬ। ਜੀ ਸਤਿ ਸ਼੍ਰੀ ਅਕਾਲ ਜੀ, ਸੌਸਾਂ ਹੀ ਆਪ ਤਿਆਰ ਕਰੀਦੀਆਂ। ਇਹ ਕਰੋਟਾ ਸੌਸ ਹੈ ਜੀ, ਇਹ ਕਨੋਬਲੋ, ਇਹ ਦਹੀਂ ਹੈ, ਅਤੇ ਦਹੀਂ ਦੇ ਵਿੱਚ ਇਹਨੇ ਆਪਣੇ ਜਿਵੇਂ ਕਹਿੰਦੇ ਧਨੀਆ ਪਾਇਆ ਹੁੰਦਾ ਵੀ ਇੱਦਾਂ ਦੀਆਂ, ਮਤਲਬ ਇੱਥੇ ਦੇ ਹੁੰਦੇ ਨੇ ਸਾਰਿਆਂ, ਕਾਲੀਆਂ ਮਿਰਚਾਂ ਵਗੈਰਾ। ਅਤੇ ਇਹ ਵੀ ਦਹੀਂ ਪਾਉਂਦੇ ਵਿੱਚ? ਨਾ, ਕਨੋਬਲੋ ਹਾਂ, ਦਹੀਂ ਅਤੇ ਮਾਯੋਨੇਜ਼ ਦੇ, ਦਹੀਂ ਅਤੇ ਮਾਯੋਨੇਜ਼ ਵਿੱਚ ਪਾ ਕੇ ਮਿਕਸ ਕਰਕੇ ਅਤੇ ਵਿੱਚ ਸਾਰਾ ਲੂਣ ਮਸਾਲਾ ਪਾਇਆ ਹੈ, ਅਤੇ ਲਸਣ ਪਾਈ ਵਿੱਚ, ਇਹਦੇ 'ਚ ਲਸਣ ਦੀ ਮਤਲਬ ਸਵਾਦ ਆਉਂਦਾ ਪੂਰਾ। ਇਹ ਚਿੱਲੀ ਸੌਸ ਹੈ, ਇਹ ਚਿੱਲੀ ਸੌਸ ਹੈ ਜੀ। ਹਾਂ, ਅਤੇ ਇਹ ਵੀ ਕਹਿੰਦੇ ਵੀ ਆਪ ਬਣਾਉਂਦੇ ਨੋਰਮਲ, ਮਤਲਬ ਇੱਥੇ ਜਿਹੜਾ ਉਹ ਬੋਤਲਾਂ 'ਚ ਮਿਲਦੀ ਇੱਥੇ ਚਿੱਲੀ ਸੌਸ, ਜ਼ਿਆਦਾਤਰ ਰੈਸਟੋਰੈਂਟ 'ਚ ਉਹ ਹੀ ਵਰਤਦੇ ਨੇ। ਇਹ ਚਿੱਲੀ ਸੌਸ ਮੈਂ ਪਹਿਲੀ ਵਾਰੀ ਵੇਖੀ ਹੈ ਵੀ ਹਾਂ ਵੀ ਆਪਣੀ ਬਣਾਈ ਇਹਨਾਂ ਨੇ, ਅਸੀਂ ਸਭ ਕੁਝ ਆਪ ਬਣਾਈਦਾ, ਕੁਛ ਨਹੀਂ ਮਿਲਦਾ। ਅਤੇ ਇਸ ਤਰ੍ਹਾਂ ਇਹ ਕੇਜ਼ੇ ਨੇ, ਇਹ ਕੇਜ਼ੇ ਭੇਡ ਦੇ, ਇਹ ਬੱਕਰੀ, ਮਤਲਬ ਇੱਥੇ ਭੇਡਾਂ ਨੇ ਜ਼ਿਆਦਾ, ਉਹਦੇ ਕੇਜ਼ੇ ਨੇ। ਇਹ ਕੇਜ਼ੇ ਕਾਫੀ ਮਹਿੰਗੇ ਹੁੰਦੇ ਨੇ, ਮਤਲਬ ਇਹ ਵੀ ਮੈਂ ਵੀ ਲਿਆਉਂਦਾ ਨਵਾਂ, 200 ਗ੍ਰਾਮ ਜਿਹੜਾ 3.5-3 ਐਰੋ ਦੇ ਹੁੰਦੇ ਨੇ। ਅਤੇ ਇਸੇ ਤਰ੍ਹਾਂ ਸੂਈ ਅੰਬ ਵਾਲਾ ਜਿਹੜੇ ਗੰਢੇ ਨੇ, ਇਹ ਵੀ ਡੋਨਰ 'ਚ ਪੈਂਦੇ ਨੇ ਕੱਟ ਕੇ, ਉਹ ਗਾਹਕ ਦੀ ਡਿਮਾਂਡ ਹੈ ਵੀ ਗਾਹਕ ਕੀ ਲੈਣਾ ਚਾਹੁੰਦਾ। ਅਤੇ ਇੱਦਾਂ ਟਮਾਟਰ, ਗੁਰਕਣ, ਇਹ ਸਾਰੀ ਚੀਜ਼ਾਂ ਕੱਟੀਆਂ ਨੇ, ਸਲਾਦ। ਅਤੇ ਇਹ ਵੀ ਗੋਭੀ ਹੈ, ਇਹ ਥੋੜ੍ਹੀ ਜਿਹੀ ਕੌੜੀ ਗੋਭੀ ਹੁੰਦੀ ਹੈ, ਰੋਟ ਕੋਲੇ ਨੂੰ ਕਹਿੰਦੇ ਨੇ। ਪਰ ਮਸਾਲੇ ਆਪ ਹੀ ਲਾਈਦੇ, ਫਰੈਸ਼ ਲਿਆ ਕੇ ਮਸਾਲੇ ਆਪ ਲਾਈਦੇ, ਸਾਰੀਆਂ ਚੀਜ਼ਾਂ ਇਹ ਆਪ ਤਿਆਰ ਕਰਦੇ ਨੇ, ਮਾਰਕੀਟ 'ਚੋਂ ਲਿਆਉਂਦੇ ਨੇ ਖਰੀਦ ਕੇ। ਹਾਂ, ਅਤੇ ਫਿਰ ਪਾ ਕੇ ਜਿਸ ਤਰ੍ਹਾਂ ਦੇ ਗਾਹਕ ਮੰਗੇ ਅਤੇ ਉਹਨੂੰ ਉਹਦੇ ਹਿਸਾਬ ਨਾਲ ਦੇਣੇ ਇਹਨਾਂ ਨੇ। ਹਾਂਜੀ, ਹਰ ਇੱਕ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ। ਅਤੇ ਆਹ ਦੱਸੋ ਜੀ, ਇਹ ਬਰੋਡ? ਹਾਂਜੀ, ਇਹ ਬਰੋਡ ਹੈ, ਬਣਿਆ ਬਣਾ ਲਈਦਾ, ਇਹ ਵੱਡਾ ਹੁੰਦਾ, 4 ਪੀਸ ਕਰੀਦੇ। ਅਤੇ ਇਹਨੂੰ ਕੱਟ ਕੇ ਇਹ 'ਚ ਲਾ ਕੇ, ਉਸ ਤੋਂ ਬਾਅਦ ਕੱਢ ਕੇ, ਉਸ ਤੋਂ ਬਾਅਦ ਆਪਾਂ ਇਹ 'ਚ ਲਾਉਣਾ, ਇਹ 'ਚ ਫਿਰ ਸਾਰੀਆਂ ਸੋਸਾਂ ਲਾਉਣੀਆਂ ਆਪਾਂ ਇੱਦਾਂ ਕਰਕੇ, ਠੀਕ। ਜੋ ਜੋ ਮੰਗਿਆ ਫਿਰ ਮੀਟ ਆਪਾਂ ਲਾਉਣਾ, ਇਹਦੇ 'ਚ ਪਾਉਣਾ ਆਹ ਮੀਟ, ਇਹਨੂੰ ਕੱਟ ਕੇ ਆਹ ਦੇਖੋ ਇੱਦਾਂ ਰੱਖ, ਇੱਦਾਂ ਫੜ ਕੇ ਇਹਨੂੰ ਇੱਦਾਂ ਬਦਲਣਾ, ਇਹਦੇ 'ਚ ਜਿੰਨਾ ਮਰਜ਼ੀ ਆਪਣੇ ਹਿਸਾਬ ਨਾਲ, ਜਿੰਨੀ ਕੁ ਲੋੜ ਨਾ। ਉਹਦੇ ਤੋਂ ਬਾਅਦ ਫਿਰ ਅੱਗੋ, ਉਸ ਤੋਂ ਬਾਅਦ ਸੋਸਾਂ ਲਾ ਕੇ ਮਸਾਲੇ ਸਾਰੇ ਜੋ ਕਹਿ ਲਓ ਕਿ ਜੋ ਵੀ ਗਾਹਕ ਚਾਹੁੰਦਾ, ਟਮਾਟਰ ਲੈਣਾ, ਗਾਹਕ ਦੀ ਸਲਾਦ ਲੈਣਾ, ਸਾਰਾ ਕੁਛ ਚਲੋ ਪਾਉਣਾ। ਅਤੇ ਜਿਹੜੀ ਵੀ ਸੌਸ ਜਿੱਦਾਂ ਦੀ ਵੀ ਖਾਣਾ ਚਾਹੀਦਾ, 4-3 ਤਰ੍ਹਾਂ ਦੀ ਸੌਸ ਇਹਨਾਂ ਕੋਲ।
ਅਤੇ ਇਹ ਜਿਹੜਾ ਮੀਟ ਹੈ ਜਿਹੜਾ ਇਹਨੂੰ ਡੱਬੇ ਫਲੈਸ਼ ਇਹਨੂੰ ਡੱਬੇ 'ਚ ਵੀ ਪਾ ਕੇ ਦਿੰਦੇ ਨੇ ਇਹਨਾਂ ਦੇ ਡੱਬੇ ਨੇ ਵੀ ਜੇ ਕੋਈ ਇਹਦੇ 'ਚ ਵੀ ਲੈਣਾ ਚਾਹੁੰਦਾ ਛੋਟਾ ਲੈਣਾ ਚਾਹੁੰਦਾ ਅਤੇ ਇਹਦੇ 'ਚ ਪਾ ਕੇ ਵੀ ਦਿੰਦੇ ਨੇ ਸਲਾਦ ਵੀ ਪਾ ਕੇ ਸੌਸਾਂ ਵੀ ਪਾ ਕੇ ਜਾਂ ਇਹਦੇ ਵਿੱਚ ਇੱਕ ਪਾਸੇ ਪੋਮਸ ਪਾ ਲਓ ਸਲਾਦ ਪਾ ਕੇ ਮੀਟ ਪਾ ਕੇ ਸੌਸਾਂ ਪਾ ਕੇ ਇਹ ਵੀ ਦੇਈਦਾ ਬਣਾ ਕੇ ਜਿੱਦਾਂ ਗਾਹਕ ਦੀ ਗੁੰਛ ਹੈ ਜੀ ਜਿੱਦਾਂ ਕਾਲੋ ਗਾਹਕ ਨੇ ਖਾਣਾ ਗਾਹਕ ਦਾ ਜਿੱਦਾਂ ਦਿਲ ਕਰਦਾ ਅਤੇ ਉਹਦੇ ਹਿਸਾਬ ਨਾਲ ਸਾਰਾ ਤਿਆਰ ਕਰਨਾ ਗਾਹਕ ਨੇ ਆ ਕੇ ਦੱਸਣਾ ਵੀ ਮੈਨੂੰ ਸਾਡਾ ਮੀਨੂ ਉੱਤੇ ਸਾਰਾ ਲੱਗਾ ਵੀ ਆਹ ਦੇਖੋ ਇਹ ਮਤਲਬ ਕਿੰਨੀ ਵਰਾਇਟੀ ਹੈ ਮਤਲਬ ਮੇਰੇ ਹਿਸਾਬ ਨਾਲ ਤਾਂ ਬਹੁਤ ਸਾਰੇ ਵਰਾਇਟੀ ਹੈ ਜੋ ਹੱਥੀਂ ਤਿਆਰ ਕਰਦੇ ਹਾਂ ਇਹਨੀ ਵੀ ਕੋਈ ਅਤੇ ਇੰਨੀ ਵਰਾਇਟੀ ਨੂੰ ਸਾਂਭਣਾ ਖਰੀਦ ਕੇ ਲਿਆਉਣਾ ਤਿਆਰ ਕਰਨਾ ਮਤਲਬ ਮੈਨੂੰ ਤਾਂ ਬਹੁਤ ਔਖਾ ਲੱਗਾ ਵੀ ਬਹੁਤ ਜ਼ਿਆਦਾ ਵਰਾਇਟੀ ਹੈ ਮੈਂ ਤਾਂ ਕੱਲ੍ਹ ਵੀ ਇਹਨਾਂ ਨੂੰ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਵਰਾਇਟੀ ਹੈ ਇੰਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਫਿਰ ਉਹਨਾਂ ਨੂੰ ਟਾਈਮ ਟੇਬਲ ਦਾ ਵੀ ਖਿਆਲ ਰੱਖਣਾ ਅਤੇ ਬਹੁਤ ਔਖਾ ਵੀ ਅੱਗੂ ਬਣਾਉਣ ਵਾਲਿਆਂ ਦੇ ਸਿਰ 'ਤੇ ਵੀ ਬਹੁਤ ਔਖਾ ਹੈ ਵੀ ਕਿੱਦਾਂ ਤਿਆਰ ਕਰਨਾ ਵੇਖਣਾ ਭੱਜ ਨੱਠ ਕਰਨੀ ਅਤੇ ਚਲੋ ਆ ਜਾਓ ਫਿਰ ਅੱਗੇ ਚੱਲਦੇ ਹਾਂ ਅਸੀਂ ਪੀ ਜੀ ਵਾਲੀ ਸਾਈਡ ਦੇ ਜਿੱਥੇ ਅੰਦਰ ਕਿਚਨ ਦੇ ਵਿੱਚ ਪੀਜ਼ਾ ਬਣਦਾ ਇਹ ਹੁਣ ਸਾਡਾ ਪੀਜ਼ਾ ਓਪਨ ਹੈ ਇਹਨਾਂ ਦਾ ਇੱਧਰ ਦਿਖਾਇਓ ਮੜ ਜਾ ਇੱਕ ਵਾਰੀ ਅਤੇ ਇਹ ਥੱਲੇ ਸਾਰੀਆਂ ਪੀਜ਼ੇ ਵਾਲੀਆਂ ਪਲੇਟਾਂ ਪਈਆਂ ਨੇ ਅਤੇ ਇੱਧਰਲੇ ਪਾਸੇ ਸਾਰਾ ਜਿਹੜਾ ਪੀਜ਼ੇ ਦਾ ਸਮਾਨ ਪਿਆ ਜਿਹੜਾ ਆਪਾਂ ਪੀਜ਼ੇ ਦੇ ਵਿੱਚ ਪਾਉਂਦੇ ਹਾਂ ਇਹ ਸਾਰੇ ਖਾਣੇ ਇਹ ਫਰਿੱਜ ਹੈ ਥੱਲੇ ਮਤਲਬ ਖਰਾਬ ਨਹੀਂ ਹੁੰਦਾ ਇਹਦੇ 'ਚ ਸਾਰੀਆਂ ਚੀਜ਼ਾਂ ਠੰਡੀਆਂ ਪਈਆਂ ਨੇ ਇਹ ਪੀਜ਼ਾ ਵੇਲਣ ਵਾਲੀ ਮਸ਼ੀਨ ਹੈ ਅਤੇ ਇਹ ਇਹਨਾਂ ਨੇ ਆਟਾ ਗੁੰਨਿਆ ਸੀ ਅੱਜ ਤੱਕ ਹੁਣ ਇਹਨਾਂ ਨੇ ਫਰਿੱਜ 'ਚ ਰੱਖਣਾ ਇਹਨੂੰ ਚੁੱਕ ਕੇ ਅਤੇ ਇਹ ਆਟਾ ਹੈ ਪੀਜ਼ੇ ਵਾਲਾ ਦੇਖੋ ਆਟਾ ਇਹਨੂੰ ਪੀਜ਼ਾ ਬਣਾ ਕੇ ਦਿਖਾਉਂਦੇ ਨੇ ਛੋਟੇ ਜਿਹੇ ਨੂੰ ਅਤੇ ਇਹ ਦੇਖੋ ਤਿਆਰ ਹੋ ਰਿਹਾ ਪੀਜ਼ਾ ਵੱਧ ਤੋਂ ਵੱਧ 5-7 ਮਿੰਟ ਲੱਗਦੇ ਪੀਜ਼ਾ ਬਣਾਉਣ ਨੂੰ ਇਸ ਤਰ੍ਹਾਂ ਚਲਾਉਣਾ ਇਹ ਚਲਾ ਦੇ ਦੇਖੋ ਜੀ ਆਹ ਮਸ਼ੀਨ ਦੇ ਨਾਲ ਮਿੰਟੋ ਮਿੰਟ ਹੀ ਕੰਮ ਹੁੰਦੇ ਨੇ ਸਾਰੇ ਪਹਿਲਾਂ ਪਹਿਲਾਂ ਨਵੇਂ ਨਵੇਂ ਆਏ ਸੀ ਵੇਲਿਆਂ ਦਾ ਵੇਲੀ ਸਾਡਾ ਵੇਲਣਾ ਹੁੰਦਾ ਸੀ ਇਹਦੇ ਨਾਲ ਮੰਮੀ ਪੀਜ਼ੇ ਵੇਲੇ ਜੀ ਅਤੇ ਕਾਫੀ ਟਾਈਮ ਲੱਗਦਾ ਅਤੇ ਜ਼ੋਰ ਵੀ ਲੱਗਦਾ ਸੀ ਵੀ ਸ਼ਾਮਾਂ ਨੂੰ ਕੰਮ ਕੀਤੇ ਤਾਂ ਸਾਨੂੰ ਪਤਾ ਲੱਗਦਾ ਸੀ ਹਾਂ ਵੀ ਕੰਮ ਕਰਕੇ ਆਏ ਹਾਂ ਸਹੀ ਜਿਵੇਂ ਜਿਮੀਦਾਰਾਂ ਦਾ ਕੰਮ ਹੁੰਦਾ ਸੀ ਉਹੀ ਕੰਮ ਹੁੰਦਾ ਸੀ ਇਹ ਅਤੇ ਪਰ ਇਹ ਹੁਣ ਮੈਡਮ ਦੇ ਆਉਣ ਕਰਕੇ ਨਾ ਸਾਰੇ ਕੰਮ ਸੌਖੇ ਹੋ ਗਏ ਨੇ ਇਹਨੇ ਬਹੁਤ ਸੌਖਾ ਕੀਤਾ ਪਿਆ ਕੰਮ ਅਤੇ ਹੁਣ ਇਹ ਪੀਜ਼ਾ ਹੀ ਵੇਲ ਲਿਆ ਇੱਕ ਸੈਕਿੰਡ ਲੱਗਾ ਪੀਜ਼ਾ ਵੇਲਣ 'ਤੇ ਅਤੇ ਹੁਣ ਅੱਗੇ ਆਪਾਂ ਪਾਉਂਦੇ ਹਾਂ ਟਮਾਟਰ ਸੌਸ ਕਰੇ ਪਾਉਂਦੇ ਨੇ ਪਹਿਲਾਂ ਅੱਜ ਟਮਾਟਰ ਸੌਸ ਪਾ ਕੇ ਅਤੇ ਇਹਨੂੰ ਮੜ ਜਾ ਗੇੜਾ ਦੇਣਾ ਦੇਖੋ ਵੀ ਕਿੰਨੇ ਪਿਆਰ ਨਾਲ ਐਂ ਜਿਵੇਂ ਕੋਈ ਬੱਚਾ ਖਿਡਾਉਂਦੇ ਪਏ ਨੇ ਵੀ ਕਿਤੇ ਡਿੱਗ ਕੇ ਸੱਟਣ ਦਾ ਜੇ ਕਿੰਨਾ ਪਿਆਰ ਹੈ ਜੋ ਤੁਹਾਡਾ ਅੱਗੇ ਤੁਸੀਂ ਪਾਉਣਾ ਚਾਹੋ ਜੋ ਸਲਾਮੀ ਸਿੰਕਨ ਜਾਂ ਟੋਨ ਫਿਸ਼ ਗੰਢੇ ਜੋ ਵੀ ਤੁਸੀਂ ਕਿਹੜਾ ਖਾਣਾ ਚਾਹੁੰਦੇ ਜਨਾਬ ਤੁਸੀਂ ਦੱਸੋ ਜੀ ਸਲਾਮੀ ਵਾਲਾ ਅੱਜ ਮੁੰਡੇ ਦਾ ਸ਼ੌਂਕ ਜਾਗਿਆ ਵੀ ਸਲਾਮੀ ਵਾਲਾ ਖਾਣਾ ਅਤੇ ਹੁਣ ਇਹ ਸਲਾਮੀ ਵਾਲਾ ਬਣਾਉਣ ਲੱਗੇ ਨੇ ਵਾਓ 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 ਲਓ ਜੀ ਪੀਜ਼ਾ ਬਣ ਗਿਆ ਚੱਕ ਕੇ ਆਪਾਂ ਜੀ ਸਿੱਧਾ ਮਸ਼ੀਨ ਭੱਠੀ ਪਾਤਾ ਅਤੇ ਇਹ ਜੇ ਹੁਣ ਜੇ ਕੰਮ ਕਾਰ ਜ਼ਿਆਦਾ ਪੈਂਦਾ ਹੋਵੇ ਤਾਂ ਫਿਰ 7 ਮਿੰਟ ਲੱਗਦੇ ਨੇ ਅਤੇ ਜਿਵੇਂ ਹੁਣ ਮਤਲਬ ਬੰਦ ਕਰਨ ਲੱਗੇ ਸੀ ਅਤੇ ਗੈਸਟ ਵੀ ਘੱਟ ਗਏ ਨੇ ਅਤੇ ਫਿਰ ਅਸੀਂ ਇਹ ਕਿਹਾ ਵੀ ਉਦੋਂ ਬਣਾਉਂਦੇ ਹਾਂ ਅਤੇ ਚੰਗੀ ਤਰ੍ਹਾਂ ਦਿਖਾ ਸਕੀਏ
ਤੇ ਹੁਣ ਇਹਨੇ 5 ਕੁ ਮਹੀਨੇ ਲੈਣੇ ਨੇ ਮਸਾਂ ਕਿ ਹੁਣ ਭੱਠੀ ਤਵੀ ਖੁੱਲ੍ਹਦੀ ਨਹੀਂ ਪਈ ਅਤੇ ਜਦੋਂ ਫੁੱਲ ਚੱਲਦਾ ਹੁੰਦਾ ਕੰਮ ਉਦੋਂ 7 ਮਿੰਟ ਲੈਂਦਾ ਅਤੇ ਬਹੁਤ ਮਤਲਬ ਕੱਲ੍ਹ ਖਾਧਾ ਸੀ ਬਹੁਤ ਮਜ਼ਾ ਆਇਆ ਖਾਂਦਾ ਅਤੇ ਚਲੋ 2-3 ਮਿੰਟ ਵੇਟ ਕਰਦੇ ਹਾਂ ਤਾਂ ਫਿਰ ਨਿਕਲਦਾ ਬਾਹਰ ਸਾਰੇ ਜਿਹਨੇ ਥੋੜ੍ਹਾ ਥੋੜ੍ਹਾ ਖਾ ਕੇ ਇਹਦਾ ਤੁਹਾਨੂੰ ਟੇਸਟ ਦੱਸਣੇ ਹਾਂ। ਇਸ ਤਰ੍ਹਾਂ ਹੁਣ ਅਸੀਂ ਚੁੱਲ੍ਹੇ ਵਾਲੇ ਪਾਸੇ ਆ ਗਏ ਹਾਂ ਅਤੇ ਇਹ ਮੀਟ ਤਲਣ ਵਾਸਤੇ ਵੀ ਤੇਲ ਪੱਕਾ ਹੁੰਦਾ ਬਿਜਲੀ ਵਾਲਾ ਸਾਰਾ ਕੁਛ ਇੱਥੇ ਸਿਸਟਮ ਹੈ ਮਤਲਬ ਆਪਣੇ ਇੰਡੀਆ ਵਾਲਾ ਕੰਮ ਕੋਈ ਨਹੀਂ ਹੈਗਾ ਹਾਂ ਵੀ ਅੱਗ ਬਾਲਣੀ ਅਤੇ ਬਣਾਉਣਾ ਹੈ ਅਤੇ ਇੱਥੇ ਸਾਰਾ ਕੁਛ ਸਾਫ਼ ਸੁਥਰਾ ਹੀ ਹੁੰਦਾ ਅਤੇ ਇਹਨੇ ਇੱਦਾਂ ਬਲਣਾ ਅਤੇ ਇਹਨੇ ਮੀਟ ਮੱਛੀ ਜੋ ਵੀ ਤਲਣਾ ਚਾਹੁੰਦੇ ਜਾਂ ਹੁਣ ਕੋਈ ਵੀ ਚੀਜ਼ ਖਾਣੀ ਹੈ ਤਲ ਕੇ ਅਤੇ ਇਹਦੇ 'ਚ ਪਾਉਣੇ ਹੀ ਇਹਨਾਂ ਨੇ ਅਤੇ 3-5 ਮਿੰਟ ਹੀ ਲੱਗਦੇ ਨੇ ਮਸਾਂ ਹੀ ਅਤੇ ਇਹਨਾਂ ਦਾ ਵੀ ਆਪਣਾ ਇੱਕ ਟੈਂਪਰੇਚਰ 19 'ਤੇ ਰੱਖ ਕੇ ਹੁਣ ਜੇ ਮੱਛੀ ਬਣਾਉਣੀ ਉਹਨੂੰ 19 'ਤੇ ਕਰਨਾ ਅਤੇ ਜੇ ਮੀਟ ਬਣਾਉਣਾ ਮੁਰਗੇ ਲੈਗ ਪੀਸ ਬਣਾਉਣੇ ਨੇ ਵੀ ਜਿਵੇਂ ਆਪਾਂ ਕਹਿੰਦੇ ਲੈਗ ਪੀਸ ਦੇ ਪਕੌੜੇ ਹੁੰਦੇ ਨੇ ਜੇ ਉਹ ਬਣਾਉਣੇ ਨੇ ਉਹਨਾਂ ਦਾ ਵੱਖਰਾ ਟੈਂਪਰੇਚਰ ਹੁੰਦਾ ਸਾਰਾ ਕੁਝ ਇੱਥੇ ਹੈਗਾ ਅਤੇ ਇਹ ਚੀਜ਼ਾਂ ਬਹੁਤ ਸਵਾਦ ਬਣਦੀਆਂ ਨੇ ਅਤੇ ਇਸ ਕਰਕੇ ਫਿਰ ਇਹ ਰੈਸਟੋਰੈਂਟ ਜਿਹੜੇ ਨੇ ਸਾਰੇ ਚੱਲਦੇ ਨੇ ਵੀ ਜਿਹੜੇ ਗੋਰੇ ਕਰੀਬ ਗਰੀਬ ਨੇ ਬਹੁਤ ਸ਼ੌਂਕ ਰੱਖਦੇ ਨੇ ਇਹਨਾਂ ਚੀਜ਼ਾਂ ਨੂੰ ਖਾਣ ਦਾ ਕਿ ਉਹ ਕੰਮ ਵੀ ਕਰਦੇ ਨੇ ਕੰਮ ਵੀ ਬਹੁਤ ਜ਼ਿਆਦਾ ਕਰਦੇ ਨੇ ਮਿਹਨਤ ਵੀ ਬਹੁਤ ਜ਼ਿਆਦਾ ਅਤੇ ਖਾਣਾ ਨੂੰ ਵੀ ਕੋਈ ਕਸਰ ਨਹੀਂ ਰੱਖਦੇ ਖਾਂਦੇ ਵੀ ਪੂਰਾ ਠੋਕ ਕੇ ਟਕਾ ਕੇ ਗਏ ਅਤੇ ਹੁਣ ਇੱਦਾਂ ਹੀ ਆਂਡੇ ਨੇ ਜੇ ਮਤਲਬ ਕਿਸ ਤਰੀਕਾ ਖਾਣੇ ਜਾਂ ਕੋਈ ਭੁਰਜੀ ਚਾਹੁੰਦਾ ਆਂਡਿਆਂ ਦੀ ਬਣਾ ਕੇ ਉਹਨਾਂ ਨੂੰ ਉਸ ਤਰੀਕੇ ਨਾਲ ਦਿੰਦੇ ਨੇ ਨਿਊਡਲ ਨੇ ਉਹਨਾਂ ਦੇ ਵਿੱਚ ਵੀ ਆਂਡੇ ਪੈਂਦੇ ਨੇ ਅਤੇ ਇਹ ਸਾਰੇ ਮਸਾਲੇ ਇਹਨਾਂ ਨਿਊਡਲਾਂ 'ਚ ਪੈਂਦੇ ਨੇ ਅਤੇ ਇੱਦਾਂ ਹੀ ਇਹ ਸਾਰਾ ਮੀਟ ਪਿਆ ਖੁੰਬਾਂ ਪਈਆਂ ਨੇ ਅਤੇ ਇਹ ਸਾਰੇ ਆਲੂ ਪਏ ਨੇ ਸਾਰੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਨਿਊਡਲਾਂ 'ਚ ਪਾ ਕੇ ਤਿਆਰ ਕਰਦੇ ਨੇ ਇਹ ਟਮਾਟਰ ਸੌਸ ਪੱਕੀ ਜਿਹੜੀ ਹੈ ਮਤਲਬ ਨਿਊਡਲਾਂ 'ਚ ਪਾਣੀ ਰੱਖੀ ਇਹਨਾਂ ਨੇ ਤਿਆਰ ਕਰਕੇ ਅਤੇ ਇਹ ਥੱਲੇ ਇੱਦਾਂ ਹੀ ਮਤਲਬ ਐਸ਼ ਫਰਿੱਜ ਜਿਹਦੇ 'ਚ ਬਾਕੀ ਸਾਰਾ ਸਮਾਨ ਰੱਖਿਆ ਹੈ ਮਿਰਚਾਂ ਵਗੈਰਾ ਗੋਭੀ ਹਰ ਇੱਕ ਚੀਜ਼ ਰੱਖੀ ਹੈ ਮਤਲਬ ਹੁਣ ਇਹਨਾਂ ਨੇ ਮਤਲਬ ਬੰਦ ਕਰਦੇ ਪਏ ਨੇ ਅਤੇ ਥੋੜ੍ਹਾ ਜਿਹਾ ਸਮਾਨ ਸਾਂਭ ਛੱਡਿਆ ਅਤੇ ਵਰਾਇਟੀ ਬਹੁਤ ਜ਼ਿਆਦਾ ਵਰਾਇਟੀ ਦੀ ਤਾਂ ਮੈਂ ਪਹਿਲਾਂ ਕੱਲ੍ਹ ਹੀ ਇਹਨਾਂ ਨੇ ਆ ਕੇ ਗੱਲ ਕੀਤੀ ਸੀ ਵੀ ਜਿਹੜੀ ਵਰਾਇਟੀ ਹੈ ਮਤਲਬ ਬੰਦੇ ਨੂੰ ਪਜ਼ਲ ਕਰ ਦਿੰਦੇ ਜਦੋਂ ਬੰਦਾ ਆਵੇ ਅਤੇ ਜੇ ਪਹਿਲੇ ਤੂੰ ਗੰਦਾ ਅਤੇ ਜਦੋਂ ਤੱਕ ਲਾਸਟ 'ਤੇ ਜਾਂਦਾ ਤਾਂ ਫਿਰ ਉਹ ਕਹਿੰਦਾ ਮੈਂ ਦੁਬਾਰਾ ਵੇਖਾਂ ਵੀ ਘੱਟੋ ਘੱਟ ਵੀ ਮੈਨੂੰ ਬਹੁਤ ਵੱਡਾ ਵੀ ਇੰਨੇ ਸਰਕਲ ਨੂੰ ਚਲਾਉਣਾ ਅਤੇ ਸਾਂਭਣਾ ਅਤੇ ਚੀਜ਼ ਦੀ ਵਰਾਇਟੀ ਬਣਾਉਣੀ ਮਤਲਬ ਬਹੁਤ ਔਖੀ ਹੈ ਅਤੇ ਲੱਗਦਾ ਵੀ ਹੁਣ ਸਾਡਾ ਨਾ ਮੈਨੂੰ ਲੱਗਦਾ ਪੀਜ਼ਾ ਅੱਧ ਤੱਕ ਪਹੁੰਚ ਗਿਆ ਮਰ ਜੀ ਹਵਾ ਜੀ ਲਵਾਉਂਦੇ ਨੇ ਇੱਕ ਵਾਰੀ ਜਿਹਦੇ ਨਾਲ ਮਤਲਬ ਸੜਦਾ ਨਹੀਂ ਮਰ ਜੀ ਇਹਦੀ ਹਵਾ ਨਿਕਲ ਜਾਂਦੀ ਹੈ ਹੁਣ ਇਹ ਜਿਹੜੀਆਂ ਫਰਿੱਜਾਂ ਨੇ ਜਿਹਦੇ 'ਚ ਨਾ ਸਮਾਨ ਇਕੱਠਾ ਕਰਕੇ ਖਰੀਦ ਕੇ ਲਿਆਉਂਦੇ ਨੇ ਅਤੇ ਉਹ ਵੀ ਵੇਖਣ ਵਾਲੀ ਚੀਜ਼ ਹੈ ਮਤਲਬ ਕਿੰਨਾ ਖਿਲਾਰਾ ਹੈ ਇਕੱਲੀ ਇਕੱਲੀ ਚੀਜ਼ ਨੂੰ ਕੱਢਣਾ ਬਣਾਉਣਾ ਰੱਖਣਾ ਸਭ ਤੋਂ ਵੱਡੀ ਗੱਲ ਹੈ ਫਰਿੱਜ ਇੱਡੀ ਵੱਡੀ ਮੈਂ ਨਹੀਂ ਵੇਖੀ ਹੈਗੀ ਮੈਨੂੰ ਵੀ 10-12-14 ਸਾਲ ਹੋ ਚੱਲੇ ਨੇ ਕੰਮ ਕਰਦਿਆਂ ਨੂੰ ਛੋਟੀਆਂ ਹੁੰਦੀਆਂ ਨੇ ਕਰੀਬ ਕਰੀਬ ਵੀ ਇਹਦੇ ਵਿੱਚ ਕਿੰਨੀ ਵਰਾਇਟੀ ਹੈ ਅਤੇ ਜਦੋਂ ਗੈਸਟ ਨੇ ਆਉਣਾ ਉਦੋਂ ਕੱਢ ਕੇ ਆਪਾਂ ਬਣਾਉਣਾ ਕਰਨਾ ਲੱਭਣਾ ਸਾਰਾ ਕੁਛ ਮਤਲਬ ਬਹੁਤ ਔਖਾ ਜਿਹਾ ਕੰਮ ਹੈ ਅਤੇ ਅੱਗੇ ਅੱਗੇ ਇਹਨਾਂ ਦੇ ਮਤਲਬ ਬ੍ਰੈਡ ਆ ਗਏ ਮੀਟ ਆ ਗਿਆ ਸਾਰਾ ਪਿਆ ਵੀ ਇੱਦਾਂ ਦੀ ਇਹਨਾਂ ਕੋਲ ਥੱਲੇ ਵੀ 2 ਫਰਿੱਜਾਂ ਨੇ ਜੇ ਇਹਨਾਂ ਦਾ ਮੀਨੂ ਵੱਡਾ ਹੈ ਅਤੇ ਉਹਦੇ ਨਾਲ ਇਹਨਾਂ ਕੋਲ ਸਾਰਾ ਸਰਕਲ ਵੀ ਵੱਡਾ ਹੈ ਸਾਰੀਆਂ ਚੀਜ਼ਾਂ ਨੂੰ ਸਾਂਭਣ ਵਾਸਤੇ ਸਾਰਾ ਕੁਛ ਰੱਖਿਆ ਹੈ ਅਤੇ ਬਹੁਤ ਸੋਹਣੀ ਦੁਕਾਨ ਚੱਲਦੀ ਹੈ ਅਤੇ ਇਸ ਭਰਾ ਨੇ ਬਹੁਤ ਮੱਲ ਮਾਰੀ ਅਸੀਂ ਤਾਂ ਮੈਂ ਘੱਟੋ ਘੱਟ 91-94 ਦੇ ਮਿਲੇ ਹਾਂ ਅਤੇ ਆ ਜਾਓ ਆਪਣਾ ਹੁਣ ਪੀਜ਼ਾ ਹੋ ਗਿਆ ਤਿਆਰ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦਾ ਦਿਖਦਾ ਪੀਜ਼ਾ ਦੇਖੋ ਜੀ ਪੀਜ਼ਾ ਨਾਈਸ ਬਹੁਤ ਸੋਹਣਾ ਰੰਗ ਹੈ ਪੀਜ਼ੇ ਦਾ ਅਤੇ ਹੁਣ ਆਪਾਂ ਇਹਨੂੰ ਕੱਟਦੇ ਹਾਂ
ਕੱਟ ਕੇ ਅਤੇ ਸਾਰੇ ਭਰਾ ਛੋਟੇ ਛੋਟੇ ਪੀਸ ਥੋੜ੍ਹੇ ਥੋੜ੍ਹੇ ਲੈਂਦੇ ਹਾਂ ਅਤੇ ਸਾਰੇ ਜਣੇ ਫਿਰ ਆਪਣਾ ਆਪਣਾ ਟੇਸਟ ਦੱਸਣਗੇ, ਕਿਉਂ ਇਹ ਤਾਂ ਖਾਂਦੇ ਹੀ ਰਹਿੰਦੇ ਨੇ, ਇੱਥੇ ਨੇ ਪੀਜ਼ੇ ਦੇ ਮਾਲਕ ਨੇ ਅਤੇ ਅਸੀਂ ਬਾਹਰੋਂ ਆਏ ਹਾਂ ਅਤੇ ਅਸੀਂ ਤਿੰਨੇ ਪਿਓ ਪੁੱਤਰ ਦੱਸਾਂਗੇ ਖਾ ਕੇ ਵੀ ਕੀ ਟੇਸਟ ਇਹਦਾ। ਲੈ ਵੀ ਫੜ ਮਨ। ਹਾਂਜੀ ਚੀਜ਼ ਤਾਂ ਉਹਨਾਂ ਨੇ ਬਣਾ ਲਿਆ ਪੀਜ਼ਾ, ਨਾ ਖਾ ਕੇ ਦੱਸਦੇ ਹਾਂ। ਵਾਓ, ਬਹੁਤ ਸਵਾਦ ਹੈ, ਮਤਲਬ ਰਾਤ ਹੈ ਬਿਲਕੁਲ ਪਰਫੈਕਟ ਮੰਨਿਆ। ਵਾਓ ਵਾਓ ਵਾਓ। ਅਤੇ ਚਲੋ ਆ ਜਾਓ ਫਿਰ, ਮੈਂ ਵੀ ਤੁਹਾਨੂੰ ਨਾ ਖਾ ਕੇ ਤਾਂ ਟੇਸਟ ਦਿਖਾਉਂਦੇ ਹਾਂ ਵੀ ਕਿੱਦਾਂ ਦਾ ਦੱਸਦੇ ਹਾਂ ਕੀ ਸਵਾਦ ਹੈ। ਵਾਓ, ਵੀ ਪੀਜ਼ੇ ਦਾ ਤਾਂ ਬਹੁਤ ਸਵਾਦ ਹੈ ਟੇਸਟ, ਵੀ ਜਿੱਦਾਂ ਦਾ ਮਤਲਬ ਕਈ ਵਾਰੀ ਚੀਜ਼ ਨੂੰ ਖਾਓ ਤਾਂ ਬੰਦਾ ਨੂੰ ਦੱਸ ਨਹੀਂ ਸਕਦਾ ਵੀ ਹਰ ਇੱਕ ਚੀਜ਼ ਪੂਰੀ ਪਰਫੈਕਟ ਹੈ, ਸੌਸ ਪੀਜ਼ੇ ਦੀ ਚੀਜ਼ ਰੋਟੀ ਸਾਰਾ ਕੁਛ ਵਧੀਆ। ਉੱਧਰ ਆਪਣੇ ਭਾਅ ਜੀ ਹੋਰੀ ਇੱਕ ਨਿਊਡਲ ਬਣਾਉਣ ਲੱਗੇ ਨੇ ਥੋੜ੍ਹੇ ਜਿਹੇ ਅਤੇ ਉਹ ਵੀ ਆਪਾਂ ਵੇਖਦੇ ਹਾਂ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਨੇ। ਆ ਜਾਓ ਦੇਖਦੇ ਹਾਂ, ਹੁਣ ਇਹਨਾਂ ਨੇ ਪਹਿਲਾਂ ਟਮਾਟਰ ਸੌਸ ਪਾਈ ਸੀ, ਵਿੱਚ ਥੋੜ੍ਹੇ ਜਿਹੇ ਸਾਨੇ ਪਾਏ ਨੇ, ਇੱਕ ਮੋਟਾ ਦੁੱਧ ਹੁੰਦਾ। ਹੁਣ ਆਪਣੇ ਥੋੜ੍ਹਾ ਜਿਹਾ ਮੀਟ ਪਾਇਆ ਇਹਨਾਂ ਨੇ, ਮੁਰਗੇ ਦਾ ਕੱਟ ਕੇ ਰੱਖਿਆ ਜਿਹੜਾ ਸਾਰਾ ਕੁਛ ਵਰਾਇਟੀ ਜਿੱਦਾਂ ਮਤਲਬ ਗੈਸਟ ਨੂੰ ਦਿੰਦੇ ਨੇ। ਲੂਣ ਮਸਾਲਾ ਥੋੜ੍ਹਾ ਥੋੜ੍ਹਾ ਮਤਲਬ ਪਾ ਦੇਣਾ, ਗਾਹਕ ਜੇ ਕੋਈ ਜ਼ਿਆਦਾ ਖਾਣ ਵਾਲਾ ਮਿਰਚਾਂ ਹੁੰਦਾ ਅਤੇ ਉਹ ਦੱਸ ਦਿੰਦਾ ਮੈਨੂੰ ਜ਼ਿਆਦਾ ਮਿਰਚਾਂ ਪਾ ਦਿਓ ਜ਼ਿਆਦਾ ਜੋ ਵੀ ਹੈ। ਜਿਵੇਂ ਮੈਂ ਜ਼ਿਆਦਾ ਸੌਸ ਲੈਣੀ ਹੈ ਅਤੇ ਉਹ ਫਿਰ ਜ਼ਿਆਦਾ ਸੌਸ ਨਾਲ ਬਣ ਜਾਂਦੇ ਨੇ, ਮਤਲਬ ਗਾਹਕ ਦੀ ਡਿਮਾਂਡ ਜੋ ਵੀ ਗਾਹਕ ਨੇ ਕਹਿਣਾ ਅਤੇ ਉਹਦੇ ਹਿਸਾਬ ਨਾਲ ਹੀ ਬਣਨੇ ਨੇ, ਪੀਜ਼ਾ ਵੀ ਡੋਨਰ ਵੀ ਅਤੇ ਨਿਊਡਲ ਵੀ ਸਾਰੇ। ਆਹ ਦੇਖੋ ਜੀ, ਨਿਊਡਲ ਬਣ ਕੇ ਤਿਆਰ ਹੋ ਗਏ ਨੇ ਅਤੇ ਕਿੱਡਾ ਸੋਹਣਾ ਰੰਗ ਹੈ ਨਿਊਡਲਾਂ ਦਾ ਅਤੇ ਭਾਫਾ ਮਾਰਨ ਡਏ ਨੇ ਅੱਜ ਤੱਕ ਤੱਤੇ ਤੱਤੇ ਨੇ ਅਤੇ ਕਹਿੰਦੇ ਵੀ ਮਤਲਬ ਗੈਸਟ ਨੇ ਕਿਹਾ ਉੱਤੇ ਕੇਸੇ ਵੀ ਪਾਉਣੇ ਨੇ ਅਤੇ ਜਦੋਂ ਪਾਣਗੇ ਤਾਂ ਉੱਤੇ ਹੋਰ ਵੀ ਜਿਹੜਾ ਧਨੀਆ ਜਿਵੇਂ ਆਪਾਂ ਕਹਿ ਦਈਦਾ ਉਹ ਵੀ ਉਹਨਾਂ ਨੇ ਪਾਉਣਾ ਉੱਤੇ। ਪਾਓ ਕਰੋ ਇਹਦੀ ਕਰੋ, ਇਹ ਖਤਮ ਇਹਨੂੰ ਕਰੋ ਸਾਰੇ ਨੂੰ ਵੀ ਕਿੱਦਾਂ ਦਾ ਇਹਦੀ ਦਿੱਖ ਦਿਸਦੀ ਵੇਖੀਏ। ਆ ਜੀ ਉਹਨਾਂ ਨੇ ਗਾਹਕ ਨੇ ਜਿੱਦਾਂ ਕਹਿਣਾ ਕੇਸੇ ਪਾਣੀ ਨੂੰ ਉੱਤੇ। ਅਤੇ ਆ ਹੁਣ ਉਫਨ ਦੇ ਵਿੱਚ ਜਾਏਗਾ ਜਿਹੜੇ ਕੇਸੇ ਨੇ ਉਹ ਮਰ ਜਾ ਕਰਾਰੇ ਜਿਹੇ ਹੋਣਗੇ, ਕ੍ਰਿਸਪੀ ਜਿਹੇ ਬੰਦੇ ਨੇ ਅਤੇ ਜਦੋਂ ਖਾਈ ਦਿੰਦੇ ਫਿਰ ਬਹੁਤ ਟੇਸਟ ਲੱਗਦਾ ਇਹਨਾਂ ਦਾ। ਅਤੇ ਵੀ 2 ਤੋਂ 3 ਮਿੰਟ ਹੀ ਹੁੰਦੇ ਨੇ, ਜਿਵੇਂ ਅੱਗੇ ਤੁਹਾਨੂੰ ਦੱਸਿਆ ਵੀ ਜੇ ਕੰਮ ਚੱਲਦਾ ਹੋਵੇ ਤਾਂ ਫਿਰ 2 ਮਿੰਟ ਜ਼ਿਆਦਾ ਲੱਗਦੇ ਨੇ, ਜਿਵੇਂ ਹੁਣ ਅਸੀਂ ਬੰਦ ਕਰਨ ਲੱਗੇ ਨੇ ਅਤੇ ਹੁਣ ਇਹ ਪੂਰਾ ਗਰਮ ਹੈ ਅਤੇ ਹੁਣ 2 ਤੋਂ 1.5 ਮਿੰਟ ਹੀ ਲੱਗਣਾ ਮਸਾਂ ਅਤੇ ਇੰਨੇ ਫਾਸਟ ਕਰ ਦੇਣਾ ਅਤੇ ਹੁਣ ਅੱਗੋਂ ਕੇਸੇ ਆਪਾਂ ਕੱਢਣੇ ਆ ਬਾਹਰ ਇਹਨੂੰ ਉਫਨ ਦੇ ਵਿੱਚੋਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਕਿੱਦਾਂ ਦਾ। ਚਲੋ ਹੁਣ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਉਹਨੂੰ ਬਣ ਗਿਆ ਹੁੰਦਾ ਅਤੇ ਭਾਰ ਲੱਗਾ ਕੱਢਣ ਵਾਸਤੇ ਤਾਂ ਮੈਂ ਵੀ ਰੁਕ ਜਾਓ ਆਪਾਂ ਤੁਹਾਨੂੰ ਕੱਢਦੇ ਦਿਖਾਉਂਦੇ ਹਾਂ ਕਿੱਦਾਂ ਕੰਮ ਵੀ ਕਰਦੇ ਨੇ ਮੁੰਡੇ।
ਆ ਲਓ ਜੀ ਆ ਦੇਖੋ ਜੀ ਨਿਊਡਲ ਕੇਜ਼ਿਆਂ ਦੇ ਵਿੱਚ ਡੁੱਬੇ ਪਏ ਨੇ ਨਿਊਡਲ ਅਤੇ ਇਹਨਾਂ ਦਾ ਬਹੁਤ ਟੇਸਟ ਹੁੰਦਾ ਜਿੱਦਾਂ ਕੇਜ਼ੇ ਪਾ ਕੇ ਓਫਨ 'ਚ ਰੱਖੀ ਦਾ ਅਤੇ ਕੇਜ਼ੇ ਜਿਹੜੇ ਨੇ ਇੱਕ ਪੀਜ਼ੇ ਵਾਲਾ ਸਵਾਦ ਦਿੰਦੇ ਨੇ ਬਹੁਤ ਵਧੀਆ ਟੇਸਟ ਹੁੰਦਾ ਇਹਦਾ ਅਤੇ ਇਹ ਸਾਡੇ ਜੀ ਭੂਆ ਦਾ ਮੁੰਡਾ ਪੋਤਰਾ ਭਾਪੇ ਹੋਰਾਂ ਦੀ ਭੂਆ ਦਾ ਪੋਤਰਾ ਅਤੇ ਇਹਨਾਂ ਦਾ ਰੈਸਟੋਰੈਂਟ ਹੈ ਅਤੇ ਇਹ ਮੇਰੇ ਭਾਅ ਜਿਹੜੇ ਨੇ ਸਾਰੇ ਇਹਨਾਂ ਕੋਲ ਕੰਮ ਕਰਦੇ ਨੇ ਇੱਕ ਮਤਲਬ ਫੈਮਿਲੀ ਦੀ ਤਰ੍ਹਾਂ ਟੀਮ ਹੈ ਅਤੇ ਇਹਨਾਂ 'ਚ ਇੱਕ ਭਾਅ ਜੇ ਮਿਸ ਹੋਇਆ ਹੈ ਉਹਦਾ ਲੱਤ ਦਾ ਆਪਰੇਸ਼ਨ ਹੋਇਆ ਅਤੇ ਉਹ ਘਰ ਹੀ ਹੈ ਅਤੇ ਇਹ ਸਾਰੇ ਜਿਹੜੇ ਭਰਾ ਸਾਰੇ ਰਲ ਮਿਲ ਕੇ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਦੇ ਨੇ ਅਤੇ ਲੋਕਾਂ ਨੂੰ ਰੋਟੀ ਖਵਾਉਂਦੇ ਪਏ ਨੇ ਬਹੁਤ ਵਧੀਆ ਟੇਸਟ ਸਵਾਦ 3 ਦਿਨ ਉਚਲੇ ਸਾਨੂੰ ਵੀ ਖਾਂਦਿਆਂ ਨੂੰ ਰੋਟੀ ਹਰ ਇੱਕ ਚੀਜ਼ ਦਾ ਆਪਣਾ ਵੱਖਰਾ ਸਵਾਦ ਹੈ ਟੇਸਟ ਅਤੇ ਇਹ ਹੁਣ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਚਲੋ ਮਿਲਦੇ ਹਾਂ ਫਿਰ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਅਤੇ ਮੇਰੇ ਵੀਰ ਭੈਣ ਭਰਾ ਸਾਰੇ ਸਾਡੇ ਚੈਨਲ ਨੂੰ ਬਿੱਲਾ ਡਾਲਾ ਟਰੈਵਲ ਸਬਸਕ੍ਰਾਈਬ ਕਰੋ ਸਾਰੇ ਜਣੇ ਅਤੇ ਜਿਹਦੇ ਨਾਲ ਸਾਡਾ ਹੌਂਸਲਾ ਵਧੇ ਅਤੇ ਅਸੀਂ ਤੁਹਾਨੂੰ ਇੱਦਾਂ ਦੀਆਂ ਹੋਰ ਵੀਡੀਓ ਬਣਾ ਬਣਾ ਦਿਖਾਈਏ ਅਤੇ ਚਲੋ ਚੰਗਾ ਜੀ ਗੁੱਡ ਬਾਏ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੇ ਤੁਸੀਂ ਕੁਛ ਕਹਿਣਾ ਚਾਹੁੰਦੇ ਹਾਂ ਜੀ ਕੁਛ ਚਲੋ ਠੀਕ ਹੈ ਓਕੇ ਓਕੇ ਸਰ